ਇੱਧਰ ਨੂੰ ਬੜਿਆ ਕਿਤੇ ਕਿੱਧਰ ਗਿਆ ਯਾਰ? ਇੱਥੇ ਤਾਂ ਸੀਗਾ ਤੂੰ ਵਿੱਚ ਕਿ ਸੈਂਟਰ, ਬਾਕੀ ਬਾਪ ਹੀ ਬਾਪ ਪਹਿਰੇਦਾਰ ਹੋਣੀ ਸਾਰੇ। ਉਹ ਉੱਠੋ ਵੀ ਐਬੀ ਮਿੱਤਰ, ਇੱਕ ਗੇੜਾ ਹੋਰ ਚੈੱਕ ਆ ਲਾ ਤਾਂ ਟੀਵੀ ਆਪਾਂ ਇੱਧਰ ਤੇ ਬਾਕੀ ਲਓ ਜੀ ਤੇ ਆਪਾਂ ਕੱਢਦੇ ਹਾਂ ਫੋਟ ਫੋਟ ਕੱਢ ਕੇ ਲੈ ਕੇ ਚੱਲਦੇ ਹਾਂ ਵਰਕਸ਼ਾਪ ਤੇ ਹੋਰ ਬਾਈ ਤੇ ਲੈ ਕੇ ਚੱਲਦੇ ਹਾਂ ਵਰਕਸ਼ਾਪ ਤੇ ਉਹਦਾ ਪੈਪ ਰੈਡੀ ਕਰ ਲਈਏ ਪਹਿਲਾਂ ਤੇ ਛਤਰੀ ਉੱਧਰ ਰੈਡੀ ਹੋਈ ਜਾਂਦੀ ਉਹਦੀ ਤੇ ਉਹ ਫਿਰ ਕੱਢਦੇ ਹਾਂ ਆਪਾਂ। ਲਓ ਜੀ ਕਰੋ ਚੈੱਕ ਰਿਪੋਰਟ। ਘੈਂਟ ਪੂਰਾ ਫੀਲਿੰਗ ਪੂਰੀ ਐਨ ਘੈਂਟ ਆਉਂਦੀ ਆ ਪੂਰੀ 3600 ਦਾ ਨਜ਼ਾਰਾ ਵੱਖਰਾ ਹੀ ਆ ਫਿਰ ਬਾਬੇ ਹੈਗਾ ਵੀ ਡੈਫਰਮ ਵਾਲਾ ਹੀ ਆ ਤੇ ਬਾਈ ਉਹਨਾਂ ਨੇ ਏਡੀ ਆਈ ਪੰਪ ਨਹੀਂ ਕਰਾਇਆ ਹੈਗਾ। ਲਓ ਜੀ ਆਪਾਂ ਪਹੁੰਚ ਗਏ ਦੁਕਾਨ ਤੇ ਲਾਉਂਦੇ ਹਾਂ ਘੁਮਾ ਕੇ ਇਹਨੂੰ ਤੇ ਬਾਈ ਜੋ ਨਹੀਂ ਲੱਗੇ ਹੋਇਆ ਕੰਮ ਕਿਹੜਾ ਕਰਨ ਫੀਲਿੰਗ ਦਾ। ਲਓ ਜੀ ਕਰੋ ਚੈੱਕ ਰਿਪੋਰਟ ਰੰਗ ਜਾਣ ਦੀ ਪੂਰਾ ਐਨ ਵਧੀਆ ਹੋਇਆ ਹੋਇਆ ਜਿਹਨੂੰ ਕਹਿੰਦੇ ਹੁੰਦੇ ਆ ਤੇ ਸਪਾਰਕਲ ਵਾਲਾ ਰੰਗ ਆ ਬਾਕੀ ਐਨ ਕੱਚ ਵੱਚ ਕਿਸੇ ਪਾਸੇ ਨਹੀਂ ਪੂਰਾ ਐਨ ਓਕੇ ਰਿਪੋਰਟ ਸਾਰੀ ਸਾਰੇ ਪਾਸੇ ਓਕੇ ਰਿਪੋਰਟ ਅਤੇ ਬਾਕੀ ਹੁਣ ਆਪਾਂ ਰਿਪੋਰਟ ਓਕੇ ਕਰਨੀ ਆ ਜਿਹੜੀ ਕਰਨੀ ਆ ਮਗਰ ਬ੍ਰੇਕਾਂ ਵੀ ਉਹਦੀਆਂ ਚੇਂਜ ਕਰੀਆਂ ਸੱਠ ਵਾਲੀਆਂ ਪਾਈਆਂ ਹੋਈਆਂ ਅਤੇ ਬਾਕੀ ਹੁਣ ਆਪਾਂ ਖੋਲਦੇ ਹਾਂ ਉਹਨੂੰ ਖੋਲ ਕੇ ਆਪਾਂ ਲਾਉਂਦੇ ਹਾਂ ਪੈਪ ਅਤੇ ਪੈਪ ਦੀ ਹਾਈਟ ਆਪਾਂ ਰੱਖਾਂਗੇ 8 ਫੁੱਟ ਹੈ ਨਾ ਜੀ 8 ਫੁੱਟ ਹੀ ਰੱਖਣੀ ਆ ਅਤੇ ਥੱਲੇ ਹੋ ਜਾਣੀ ਧਰਤੀ ਤੋਂ ਟੋਪ ਜਾਣੀ ਛਤਰੀ ਤਾਂ 8 ਫੁੱਟ ਤੋਂ ਆਪਾਂ ਅੰਡਰ ਹੀ ਰੱਖਾਂਗੇ ਕਿਉਂਕਿ ਕੰਟੇਨਰ 'ਚ ਫਿਰ 8 ਫੁੱਟ ਤੋਂ ਜ਼ਿਆਦਾ ਫਿਰ ਲੋਟ ਨਹੀਂ ਆਉਂਦੀ ਹਾਈਟ ਅਤੇ ਬਾਈ ਜੀ ਉਹਨਾਂ ਨੇ ਇੱਕ ਹੁੱਕ ਮੈਨੂੰ ਬੜੀ ਸੀ ਵਧੀਆ ਪਸੰਦ ਆਈ ਹੈ ਜੇ ਗਾਰਮੈਂਟ ਇਹ ਅਤੇ ਬਹੁਤ ਵਧੀਆ ਚੀਜ਼ ਆ ਇਹ ਜਾਣੀ ਜ਼ਿਆਦਾ ਬਾਹਰਲੇ ਜਿਹੜੇ ਉੱਧਰ ਉੱਧਰ ਵਾਲੇ ਹੀ ਲਾਉਂਦੇ ਆ ਜ਼ਿਆਦਾ ਅਤੇ ਆਪਣੇ ਵੀ ਹੁਣ ਲੱਗ ਗਏ ਇਹਦੇ ਨਾਲ ਦੀਆਂ ਹੁੱਕਾਂ ਅਤੇ ਚੀਜ਼ ਬਹੁਤ ਵਧੀਆ ਜਾਂਦੀ ਹੈ ਅਤੇ ਬਾਕੀ ਆਓ ਫਿਰ ਆਪਾਂ ਹੁਣ ਕਰਦੇ ਹਾਂ ਪ੍ਰੋਗਰਾਮ ਅਤੇ ਪੈਪ ਕੱਢਦੇ ਹਾਂ ਪੈਪ ਕੱਢ ਕੇ ਫਿਰ ਕਰਦੇ ਹਾਂ ਚਲੋ ਜੀ ਕੱਢਦੇ ਹਾਂ ਆਪਾਂ 31 ਵਾਲਾ ਪਾਇਪ ਇਹ ਲੰਬ ਕੇ 31 ਵਾਲਾ ਪੈਪ ਅਤੇ ਆਓ ਫਿਰ ਲੈ ਕੇ ਜਾਦੇ ਹਾਂ ਆਪਾਂ ਦੁਕਾਨ 'ਤੇ। ਲਓ ਜੀ ਪੈਪ ਦੀ ਰਿਪੋਰਟ ਹੋ ਗਈ ਓਕੇ ਅਤੇ ਕਰੋ ਚੈੱਕ ਪੇਂਟ ਅਤੇ ਬਲੈਕ ਸ਼ਾਈਨ ਵਾਲਾ ਪੇਂਟ ਮਾਰਿਆ ਆਪਾਂ ਇਹਨੂੰ ਅਤੇ ਬਾਕੀ ਉੱਧਰ ਨਿਊਨ ਵਾਲਾ ਕੰਮ ਚੱਲੀ ਜਾਂਦਾ ਹਲੇ ਵੀਰਾ ਲੱਗਿਆ ਹੋਇਆ ਵਾ ਅਤੇ ਸਾਰੇ ਪੱਲਿਆਂ 'ਤੇ ਨਿਊਨਾਂ ਲੱਗ ਗਈਆਂ ਅਤੇ ਬਾਕੀ ਕੱਲ੍ਹ ਨੂੰ ਛਤਰੀ ਦਾ ਫਰੇਮ ਬਣ ਕੇ ਅਤੇ ਲਾ ਕੇ ਥੱਲੇ ਵਾਲਾ ਲੈਦਰ ਲਾ ਕੇ ਅਤੇ ਸੀਲਿੰਗ ਕਰ ਦਾਂਗੇ ਆਪਾਂ ਰੈਡੀ ਅਤੇ ਬਾਕੀ ਇੱਕ ਸਕਰੀਨ ਖੜੀ ਸੀਗੀ ਆਪਣੀ ਅਤੇ ਅੱਜ ਚਾਲੂ ਕਰੀ ਆ ਅਤੇ ਮੀਂਹ ਕਰਕੇ ਥੋੜ੍ਹਾ ਪਾਣੀ ਪੈਣ ਕਰਕੇ ਸੈੱਲ ਹੁੰਦਾ ਇਹਦੇ ਵਿੱਚ ਛੋਟਾ ਜਿਹਾ ਅਤੇ ਉਹ ਸੈੱਲ ਨੂੰ ਪਾਣੀ ਲੱਗਣ ਕਰਕੇ ਇਹ ਥੋੜ੍ਹਾ ਜਿਹਾ ਡੈਲ ਹਿੱਲ ਗਏ ਸੀ ਇਹਦੇ ਅਤੇ ਫਿਰ ਉਹ ਰੀਸੈੱਟ ਕਰਕੇ ਦੁਬਾਰਾ ਕਰਿਆ ਜੀ ਗਾਰਮੈਂਟ ਓਕੇ ਅਤੇ ਆਓ ਫਿਰ ਹੁਣ ਆਪਾਂ ਪੈਪ ਨੂੰ ਅੰਦਰ ਲਾ ਦਿੰਦੇ ਹਾਂ ਨਿਊਨ ਦਾ ਜਿੰਨਾ ਕੰਮ ਰਹਿੰਦਾ ਕਰਕੇ ਚੱਕ ਲਈ ਸਕੂਟਰੀ ਅਤੇ ਸਕਰੀਨ ਚੱਕ ਲਈ ਦੁਕਾਨ ਤੋਂ ਦੂਜੀ ਤੋਂ ਨਾਲ ਫਤਿਹ ਹੋਏ ਨਾਲ ਹੀ ਚੱਲਿਆ ਪੂਰੇ ਹੋਣੇ ਬਲੌਗ ਸਹੀ ਗੱਲ ਚਲੋ ਦੁਕਾਨ 'ਤੇ ਚੱਲਦੇ ਹਾਂ ਫਿਰ ਚੱਕ ਕੇ ਲਿਆਉਂਦੇ ਸਕਰੀਨ ਵੱਜੇ ਪਏ ਆ ਅਤੇ ਸਾਰਿਆਂ ਦੇ ਪੱਖੇ ਗੈੜ ਗੈੜ ਕਰਦੇ ਆ ਇੱਧਰ ਯਾਰ ਹੁਣ ਚੱਲਿਆ ਹਾਲੇ ਨਾਈਟ ਲਾਉਣ ਉਹ ਜੀ ਪੈ ਗਏ ਆਪਾਂ ਲੁਧਿਆਣੇ ਵਾਲਾ ਰੋਡ ਅਤੇ ਗੱਡੀ ਚਾੜ੍ਹਦੀ ਆਪਾਂ 35 'ਤੇ ਬਾਬੇ ਪਾ ਗੇਅਰ ਹੋਰ ਯਾਰ ਬਸ ਫੁੱਲ ਗੇਅਰ ਹੋ ਗਏ ਸਾਡੇ ਅਤੇ ਐਂ ਜਾਂਦੀ ਆ
ਖੈਂਚੀਆਂ ਵੜਦੀ ਮੁੜ ਕੇ ਆ ਕੇ ਆਪਾਂ ਇਹਦੇ ਕੋਲ ਫੜਨਾ ਯਾਰ। ਕਿਉਂ ਬਈ ਇਹ ਉਹ ਦੀਣ ਲੱਗ ਗਈ ਕਹਿੰਦੇ ਆਪਣੀ ਤਕਰੀਰ ਬਾਬੀ ਬਾਹ ਮਾਰਦੀ ਆ ਲੈਸਕਾ ਲਓ ਜੀ ਕਹਿੰਦੇ ਕਿੱਥੇ ਆ ਗਏ ਅੰਦਰ ਤੇ ਲੱਗੂ ਲਾਈਟ ਚੱਲ ਪਈ ਲਾਈਟ ਚੱਲ ਪਈ ਲਓ ਜੀ ਇਹਦੀ ਖਾਤਰ ਆਏ ਆਪਾਂ ਇੱਕ ਕਲਰ ਹੀ ਆ ਬਾਬੇ ਕੋਲ ਮਲਟੀ ਆ ਰੈਡ ਅਤੇ ਰੈਡ ਕਲਰ ਹੀ ਆ ਅਤੇ ਬਾਕੀ ਤਿੰਨ ਫੁੱਟ ਵਾਲੀ ਇੱਥੇ ਆ ਥੋੜ੍ਹਾ ਜਿਹਾ ਇੱਥੋਂ ਲੱਤੀ ਹੋਈ ਆ ਜਦੋਂ ਆਪਾਂ ਕੋਈ ਦੱਸਣ ਇੱਦਾਂ ਹੀ ਕਰ ਲਾਂਗੇ ਥੋੜ੍ਹਾ ਜਿਹਾ ਹੋ ਸਕਦਾ ਨਹੀਂ ਇੰਨੀ ਕੁ ਕਵਰ ਕਰ ਦਾਂਗੇ ਇੰਨੀ ਕੁ ਇੱਕ ਸਾਈਡ ਕਵਰ ਕਰ ਦਾਂਗੇ ਇਹ ਤਾਂ ਢੱਕਿਆ ਜਾਊਗਾ ਅਤੇ ਆਓ ਫਿਰ ਹੁਣ ਆਪਾਂ ਚੱਲਦੇ ਹਾਂ ਦੁਕਾਨ 'ਤੇ ਪਹਿਲਾਂ ਹਾਂ ਫਤਿਹ ਕੀ ਖਾਣਾ ਐਸੀ ਖਾਣੀ ਆ ਅਤੇ ਲਓ ਜੀ ਫਿਰ ਹੁਣ ਆਪਾਂ ਗੁੱਜੇ ਹੋਏ 11 ਅਤੇ ਆਈਸਕ੍ਰੀਮ ਵਾਲਾ ਖੜਾ ਵਾ ਖੜਾ ਤੇ ਬਾਕੀ ਦੇਖਦੇ ਕੀ ਹਾਲ ਹੈ 95 13 23 98 94 ਉਹ ਤਾਂ ਉਹਨੂੰ ਲੈ ਵਾ ਉਹਦੇ ਤਾਂ ਸਕਰੀਨ ਵਾਲਾ ਭੱਜ ਗਿਆ ਬੜਾ ਦਾ ਘਰੇ ਫੜਨਾ ਪੈਣਾ ਉਹਨੂੰ ਚੱਲ ਆ ਗਲੀ ਮੋੜਦੀ ਬਾਬੇ ਇੱਥੇ ਅੱਗੇ ਗਲੀ ਜੋ ਗਲੀ 'ਚ ਰਹਿੰਦਾ ਉੱਥੇ ਜੇ ਲੈ ਲੈਂਦਾ ਲਓ ਜੀ ਬਾਅਦ ਘਾਟ 'ਚ ਗਾਹਾਂ ਹੀ ਨਿਕਲ ਗਏ ਲਓ ਅੱਜ ਕਹਿੰਦੇ ਫਤਿਹ ਨੇ ਆਈਸਕ੍ਰੀਮ ਖਵਾਉਣੀ ਹੀ ਖਵਾਉਣੀ ਆ ਲੈ ਚੱਲ ਵੀ ਘਰੇ ਜਾਣਾ ਆਈਸਕ੍ਰੀਮ ਵਾਲੇ ਦੇ ਹੁਣ ਅੱਜ ਆਪਾਂ ਕਿੱਥੇ ਰਹਿੰਦਾ ਇੱਧਰ ਨੂੰ ਵੜਿਆ ਕਿਤੇ ਕਿੱਧਰ ਗਿਆ ਯਾਰ ਇੱਥੇ ਤਾਂ ਸੀਗਾ ਮੈਨੂੰ ਲੱਗਦਾ ਬਾਅਦ ਘੱਟ ਹੋ ਗਈ ਹੋਰ ਗਲੀ ਮੋੜ ਗਈ ਅੱਗੇ ਵਾਲੀ ਅੱਗੇ ਵਾਲੀ ਆਲੀ ਗਲੀ ਆਲੀ ਹੋ ਗਈ ਗੱਡੀ ਇੱਥੇ ਖੜੀ ਸੀ ਤੇ ਉਹ ਦੇ ਉਹ ਦੇ ਉਹ ਖੜੀ ਆ ਲਓ ਜੀ ਤੇ ਉਹ ਖੜਾ ਬਾਈ ਤੇ ਲੈ ਬਾਈ ਯਾਰ ਸਕਰੀਮਾਂ ਭਰੀ ਤਿੰਨ ਕੋਨਾ ਹੱਥ ਮਾਰਿਆ ਇਹੀ ਰੋਗਿੰਗ ਉਹ ਬੰਦਾ ਆਪਣਾ ਉਹ ਖੜਾ ਦੇਖੋ ਉਹਦੇ ਕਿਉਂ ਬਸ 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 ਭਰਦੇ ਬਹੁਤ ਭਰਦੇ ਤਿੰਨ ਕੋਨਾ ਫਿਰ ਲਓ ਜੀ ਗਾਈਸ ਹਾਂਜੀ ਹੋ ਗਿਆ ਖੁਸ਼ ਹੁਣ ਸਹੀ ਗੱਲ ਆ ਬੰਦੇ ਵਿਚਾਰੇ ਘਰੋਂ ਖਲਾਈ ਆ ਦੁਬਾਰਾ ਫਿਰ ਵਾਹ ਬਈ ਵਾਹ ਹਾਏ ਜੀ ਗਾਈਸ ਲਓ ਜੀ ਕਹਿੰਦੇ ਕੁਲਫੀਆਂ 'ਚ ਇੰਨੇ ਮਗਰ ਹੋ ਗਏ ਸੀਗੇ ਬੰਦੇ ਕਿਹੜੀ ਵੀ ਆ ਮਤਲਬ ਆਹ ਦੂਜੀ ਵੀ ਆ ਲਓ ਜੀ ਫਿਰ ਆਪਾਂ ਪੈ ਗਏ ਲੁਧਿਆਣਾ ਰੋਡ ਲੁਧਿਆਣਾ ਰੋਡ ਤੋਂ ਆਪਾਂ ਹੁਣ ਨਾਲ ਹੀ ਇੱਥੋਂ ਇੱਥੇ ਇੱਥੇ ਅੱਗੇ 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 ਮੋੜਦੇ ਚੱਕ ਦੇ ਫੱਟੇ ਲਓ ਜੀ ਕਹਿੰਦੇ ਕਿੱਥੇ ਆ ਗਏ ਕਹਿੰਦੇ ਫਿਰ ਕੁਲਫੀਆਂ ਵਾਲੇ ਕੋਲ ਆ ਗਏ ਸਾਡਾ ਸਮਾਨ ਰਹਿ ਗਿਆ ਜੀ ਤੇ ਲਓ ਜੀ ਥੈਂਕ ਯੂ ਜੀ ਉਹ ਰੁਮਾਲ ਕਿੱਧਰ ਗਏ ਰੁਮਾਲ ਹੈਗਾ ਲਓ ਜੀ ਰੱਖ ਲਈ ਸਕਰੀਨ ਹੁਣ ਤਾਂ ਨਹੀਂ ਕੁਛ ਖਾਣਾ ਬਾਬੇ ਹੈ ਫਤਿਹ ਖਾਣਾ ਕੁਛ ਹੋਰ ਉਹੀ ਨਾ ਨਾ ਕਰਦਾ ਚਲੋ ਫਿਰ ਚੱਲੀਏ ਦੁਕਾਨ 'ਤੇ ਲਓ ਜੀ ਇੱਧਰ ਕੰਮ ਚੱਲਦਾ ਲੈ ਵੀ ਮਿੱਤਰ ਇੱਕ ਗੇੜਾ ਹੋਰ ਲੈ ਰਾਤ ਨੂੰ ਅੱਜ ਆਪਾਂ ਆਹੀ ਕੰਮ ਕਰਾਂਗੇ ਹੈ ਨਾ ਲਓ ਜੀ ਹੁਣ ਦੁਕਾਨ ਐਂਡਰਾਇਡ ਪਲੇਅਰ ਲਾਉਣਾ ਆਪਾਂ ਅੱਜ ਅਤੇ ਹੁਣ ਉਹ ਭੁੱਲ ਗਏ ਸੀ ਉਹ ਲੈਣ ਚੱਲਿਆ
ਲਓ ਜੀ ਕਹਿੰਦੇ ਚੱਕ ਲਿਆ ਪੁਰਜਾ ਆਪਾਂ ਚੱਲਦੇ ਹੁਣ ਦੁਕਾਨ ਤੇ ਸਾਰਾ ਕੁਝ ਬਣਦਾ ਲਓ ਜੀ ਬਾਈ ਜੀ ਪੈਸੇ ਦੋ ਵਾਰੀ ਡਰਾਤਾ ਇਹਨੇ ਠਾਲਦਾ ਸੀ ਚਾਚਾ ਹੈਂ ਕਿਵੇਂ ਡਰਾਇਆ ਸੀ ਚਾਚੇ ਨੂੰ ਲਓ ਜੀ ਸਕਰੀਨ ਵਾਲਾ ਬਾਕਸ ਤਿਆਰ ਹੋ ਗਿਆ ਅਤੇ ਬੱਲਾ ਲਓ ਜੀ ਸਕਰੀਨ ਵਾਲਾ ਬਾਕਸ ਤਿਆਰ ਹੋ ਗਿਆ ਅਤੇ ਬਾਕੀ ਹੁਣ ਇੱਥੇ ਜਿਹੜੀ ਆਪਾਂ ਐਂਡਰੋਇਡ ਸਕਰੀਨ ਲਾਉਣੀ ਹੈ ਜਿਹੜੀ ਉਹ ਪਈ ਆ ਉੱਪਰ ਉਹ ਵਾਲੀ ਜਿਹੜੀ ਲਿਆਉਂਦੀ ਸੀ ਆਪਾਂ ਅਤੇ ਉਹ ਦੇਖਾਂਗੇ ਸਵੇਰੇ ਜਿਹੜੇ ਹਿਸਾਬ ਨਾਲ ਲੋਟ ਆਊਗੀ ਫਿਰ ਉੱਥੇ ਸੈਂਟਰ 'ਚ ਉਹ ਲਾਉਣੀ ਆਪਾਂ ਅਤੇ ਬਾਕੀ ਆਓ ਫਿਰ ਹੁਣ ਕਰਦੇ ਹਾਂ ਆਪਾਂ ਕੰਮ ਕਲੋਜ ਲਓ ਜੀ ਅਤੇ ਸੀਲਿੰਗ ਦੀ ਤਿਆਰੀ ਹੋਈ ਜਾਂਦੀ ਆ ਅਤੇ ਥੱਲੇ ਵਾਲਾ ਬੇਸ ਬਣ ਗਿਆ ਸੀਗਾ ਸਾਰਾ ਅਤੇ ਡਿਜ਼ਾਇਨ ਆਪਣਾ ਥੋੜ੍ਹਾ ਪਹਿਲਾਂ ਦਿਖਾ ਕੱਟਿਆ ਪਿਆ ਵਾ ਅਤੇ ਉਹ ਵੀ ਤੁਹਾਨੂੰ ਮਰਵਾਵਾਂਗੇ ਅਤੇ ਬਾਕੀ ਇੱਧਰ ਫੈਬਰ ਨੂੰ ਰੰਗ ਹੋ ਰਿਹਾ ਅਤੇ ਪੇਂਟ ਆਪਾਂ ਇਹਨੂੰ ਕਰਨਾ ਸੀ ਵੀ ਦੂਜੇ ਵਾਲਾ ਉਹਦੇ ਵਾਲਾ ਆਪਣੇ ਫਾਰਮ ਟਰੈਕ ਵਾਲਾ ਅਤੇ ਉਹਦੇ ਨਾਲ ਦੇ ਮਲਗਾਣੇ ਦਾ ਰੰਗ ਮਾਰਾਂਗੇ ਅਤੇ ਇਹਦੇ ਨਾਲ ਦੀ ਰੰਗ ਹੋਇਆ ਹੋਇਆ ਪੇਂਟ ਅਤੇ ਆਓ ਫਿਰ ਆਪਾਂ ਇਹਨੂੰ ਮਾਰਦੇ ਹਾਂ ਪੇਂਟ ਮਾਰ ਕੇ ਜਦ ਤੱਕ ਉੱਧਰ ਜਿਵੇਂ ਤਿਆਰੀ ਹੋ ਜਾਂਦੀ ਹੈ ਲਓ ਜੀ ਕਹਿੰਦੇ ਅਤੇ ਆਪਾਂ ਸੀਲਿੰਗ ਵਾਲੇ ਪੱਲੇ ਜੋੜਨ ਲੱਗ ਗਏ ਸੀਗੇ ਅਤੇ ਫੋਟੋ ਵੀ ਇਹਦੇ ਰੈਡੀ ਆ ਅਤੇ ਬਾਕੀ ਬਾਈ ਜੀ ਨੂੰ ਦੋ ਵਧਾਈਆਂ ਹਾਂਜੀ ਆ ਗਿਆ ਫਿਰ ਬਾਹਰਲਾ ਗਿਫਟ ਹੈ ਅਤੇ ਆਹ ਚੀਜ਼ ਆਪਾਂ ਨੂੰ ਬਾਹਰੋਂ ਆਈ ਆ ਅਤੇ ਅੰਕਲ ਹੋਣੀ ਗਏ ਸੀ ਉਹ ਲੈ ਕੇ ਆਉਂਦੀ ਉਹਨਾਂ ਨੇ ਅਤੇ ਪਹਿਲਾਂ ਵਾਲੀ ਜਿਹੜੀ ਸੀਗੀ ਉਹ ਆਪਣੇ ਕੋਲ ਖਰਾਬ ਹੋ ਗਈ ਉਹ ਆਪਣੇ ਕੋਲ ਪਈ ਆ ਉਹਦਾ ਥੋੜ੍ਹਾ ਗੇਅਰ ਦੀ ਪ੍ਰੋਬਲਮ ਆ ਗੇਅਰ ਗੂਰ ਦੱਸਦੇ ਬਾਕੀ ਦਾ ਉਹ ਤੁਹਾਡੀ ਮਾਰ ਦੀਏ ਕਰੰਟ ਪੂਰਾ ਅਤੇ ਬਾਕੀ ਚਲੋ ਕਰਦੇ ਹਾਂ ਫਿਰ ਕੰਮ ਸਟਾਰਟ ਆਪਾਂ ਜੋੜੀਏ ਫੋਟੋਆਂ ਸਾਰੀਆਂ ਲਓ ਜੀ ਲਾਗੇ ਪੱਲੇ ਦੋਨੇ ਫੋਟੋ ਵੀ ਲੱਗ ਫੋਟੋ ਪਰ ਲਾਉਣ ਵਾਲੀ ਰਹਿੰਦੀ ਆ ਅਤੇ ਬਾਕੀ ਰਿਪੋਰਟ ਓਕੇ ਬੈਟਰੀ ਹੋ ਗਈ ਲਓ ਲਓ ਜੀ ਨਾਲ ਹੀ ਚਲੋ ਚੈੱਕ ਬਾਕੀ ਤਾਂ ਸਵੇਰੇ ਪਤਾ ਲੱਗੂ ਮੇਰਾ ਜੀ ਕਿ ਹੁਣ ਮੂਹਰੇ ਵਾਲੀ ਰਹਿ ਗਈ ਸਕਰੀਨ ਸਕਰੂਨ ਵਾਲਾ ਅਤੇ ਇਹਨੂੰ ਕਰਦੇ ਹਾਂ ਫਿੱਟ ਅਤੇ ਇੱਥੇ ਆਪਾਂ ਲਵਾਂਗੇ ਦੂਜੀ ਐਂਡਰੋਇਡ ਸਕਰੀਨ ਉਹ ਤਾਂ ਸੁੱਚਾਂ ਵਾਲੀਆਂ ਅਤੇ ਬਾਕੀ ਮੂਹਰੇ ਆਹ ਸਕਰੀਨ ਆ ਜੂ ਲਾਲ ਵਾਲੀ ਕੁਲਫੀ ਵਾਲੀ ਸਕਰੀਨ ਅਤੇ ਆਓ ਫਿਰ ਹੁਣ ਆਪਾਂ ਇਹਦੀਆਂ ਬਣਾਈਏ ਪੱਕੀਆਂ ਲਓ ਜੀ ਅਤੇ ਹੋ ਗਈ ਰਿਪੋਰਟ ਓਕੇ ਅਤੇ ਬਾਕੀ ਇੱਕ ਸਕਰੀਨ ਰਹਿ ਗਈ ਸੁੱਚਾਂ ਰਹਿ ਗਈਆਂ ਅਤੇ ਬਾਕੀ ਸਕਰੀਨ ਸਾਰਾ ਸੁੱਕ ਗਿਆ ਅਤੇ ਬਾਕੀ ਯੂ ਪੈਪ ਵੀ ਤਿਆਰ ਪਿਆ ਛਤਰੀ ਵੀ ਰੰਗ ਪਈ ਆ ਅਤੇ ਫਿਰ ਵੀ ਰੰਗ ਮਾਰਿਆ ਪਿਆ ਅਤੇ ਬਾਕੀ ਹੁਣ ਸਵੇਰੇ ਕਰਾਂਗੇ ਫਿੱਟ ਬਾਕੀ ਦੀ ਰਿਪੋਰਟ ਅਤੇ ਚਲੋ ਫਿਰ ਹੁਣ ਵੱਜ ਗਏ ਟਾਈਮ ਮੇਰੇ ਵੀਰੋ 3 ਵੱਜ ਗਏ ਅਤੇ ਆਪਾਂ ਫਿਰ ਹੁਣ ਕਰਦੇ ਹਾਂ ਛੁੱਟੀ ਲਓ ਜੀ ਫਿਰ ਮਿਲਾਂਗੇ ਸਵੇਰੇ ਲਓ ਜੀ ਅਤੇ ਫੋਲਦੀਆਂ ਖੋਲ੍ਹ ਲਏ ਫੋਲਟ ਅਤੇ ਬੋਲਟ ਖੋਲ੍ਹ ਕੇ ਹੁਣ ਚਾੜਨ ਲੱਗਦੇ ਹਾਂ ਆਪਾਂ ਪੈਪ ਅਤੇ ਪੈਪ ਚਾੜ ਕੇ ਫਿਰ ਪਹਿਲਾਂ ਛਤਰੀ ਇੱਦਾਂ ਹੀ ਚਾੜ ਲਾਂਗੇ ਅਤੇ ਫੈਬਰ ਆਪਾਂ ਬਾਅਦ 'ਚ ਰੱਖਾਂਗੇ ਉੱਤੇ ਫਿਰ ਪਹਿਲਾਂ ਬਾਕਸਾ ਫਿੱਟ ਕਰ ਲਾਂਗੇ ਇੱਥੇ ਆਓ ਫਿਰ ਹੁਣ ਆਪਾਂ ਪੈਪ ਚਾੜੀਏ ਲਓ ਜੀ ਪੈਪ ਹੋ ਗਿਆ ਓਕੇ ਅਤੇ ਪੈਪ ਕਿੱਥੇ ਹੈਗਾ ਅਤੇ ਬਾਕੀ ਦੇਖੋ ਆਪਾਂ ਇੰਨਾ ਇੰਨਾ ਜਾਣੀ ਫਰਕ ਪਾਤਾ ਪੈਪ ਦੇ ਵਿੱਚ ਅਤੇ ਜਾਣੀ ਮੰਨ ਕੇ ਚੱਲੋ ਨਾ ਤਾਂ ਕੋਈ ਮਿੰਟ ਘੱਟਾ ਖੜਦਾ ਧੋਣ ਧੋਣ ਵੇਲੇ ਜਿਵੇਂ ਕਈ ਵਾਰ ਤਾਂ ਹੁੰਦੇ ਆ ਪੈਪ ਜਮ੍ਹਾਂ ਨਾਲ ਲਾਉਂਦੇ ਆਪਾਂ ਨਾਲ ਨਹੀਂ ਫਰਕ ਰੱਖਿਆ ਵਾ ਪਾਣੀ ਪੂਣੀ ਮਾਰ ਕੇ ਮਿੰਟ ਘੱਟਾ ਪਿਆ ਵਾ ਤਾਂ ਸਾਫ ਚੰਗੀ ਤਰ੍ਹਾਂ ਵਧੀਆ ਹੋ ਜਾਂਦਾ ਦੋਨੇ ਸਾਈਡੋਂ ਜਾਣ ਦੀ ਉੱਨੀ ਉਹ ਸਪੇਸ ਆ ਦੋਨੇ ਪਾਸੇ 'ਚ ਬਾਕੀ ਆਓ ਫਿਰ ਹੁਣ ਆਪਾਂ ਛਤਰੀ ਨੂੰ ਪੱਤੀਆਂ ਕੱਸ ਕੇ ਅਤੇ ਫਿਰ ਪਹਿਲਾਂ ਛਤਰੀ ਚਾੜ ਲਾਂਗੇ ਫਿਰ ਉਦੋਂ ਬਾਅਦ ਆਪਾਂ ਕਰਨਾ ਬਾਕਸਾ ਸੈੱਟ ਅਤੇ ਦੋ ਉੱਪਰ ਵਾਲਾ ਬਾਕਸਾ ਲੱਗਣਾ ਇਹ 'ਤੇ ਬਾਕੀ ਰਿਪੋਰਟ ਆਪਣੇ ਕੋਲ ਆਈ ਪਈ ਸਾਰੀ ਅਤੇ ਆਓ ਫਿਰ ਹੁਣ ਆਪਾਂ ਪੱਤੀਆਂ ਕੱਸ ਕੇ ਫਿਰ ਚਾੜਦੇ ਹਾਂ ਛਤਰੀ ਲਓ ਜੀ ਕਹਿੰਦੇ ਅਤੇ ਛਤਰੀ ਵੀ ਚਾੜਤੀ ਬਾਕਸਾ ਵੀ ਚਾੜਤਾ ਹੈ ਹਾਂ 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 ਨਹੀਂ ਉੱਤੋਂ ਫਰਕ ਰੱਖਿਆ ਮੈਂ ਸਰਾਖਾਂ ਦਾ ਵੀ ਥੋੜ੍ਹਾ ਫਰਕ ਪਾ ਲਿਆ ਥੱਲਿਓ ਇੱਧਰੋਂ ਨਹੀਂ ਆਮ ਆਪਾਂ ਰੱਖਦੇ ਹੁੰਦੇ ਹਾਂ ਉਹੀ 25 ਸੈਂਟੀਮੀਟਰ ਦੇ ਅਤੇ ਬਾਕੀ ਕਰੋ ਚੈੱਕ ਅਤੇ ਹਲੇ ਦੂਜੀ ਰੋਟੀ ਰੱਖੀ ਆਪਾਂ ਨੋਰਮਲੀ ਅਤੇ ਥੋੜ੍ਹਾ ਬਾਕਸਾ ਜਾਣ ਦੀ ਪੈਪ ਸੀਟ ਦੇ ਇੱਥੇ ਜਮ੍ਹਾਂ ਸੀਗਾ ਅਤੇ ਪਹਿਲਾਂ ਗਾਹਾਂ ਫਿਰ ਥੋੜ੍ਹਾ ਹਲਕਾ ਟੇਢਾ ਕਰਤਾ ਵੀ ਥੋੜ੍ਹਾ ਫਰਕ ਰਿਹਾ ਵੀ ਉੱਤੋਂ ਢੋ ਵੀ ਆ ਗਈ ਹੈ ਨਾ ਅਤੇ ਉਦੋਂ ਬਾਅਦ ਫਰਕ ਤਾਂ ਵੈਸੇ ਵਾਧੂ ਹੈ ਨਾ ਬਾਬੇ ਮਗਰ ਤਾਂ ਸੀਟ ਇੱਦੂ ਜਾਣੀ ਵੀ ਹੈ ਨਹੀਂ ਹੈ ਨਾ ਹਾਂ ਅਤੇ ਬਾਕੀ ਚਲੋ ਆਓ ਹਾਂ ਹਾਂ ਬੂਫਰ ਤਾਂ ਉੱਚਾ ਹੀ ਸੀ
ਤੇ ਬਾਕੀ ਤੇ ਆਓ ਫਿਰ ਹੁਣ ਆਪਾਂ ਅੰਦਰ ਪੱਤੀਆਂ ਪਾ ਕੇ ਅਤੇ ਇਹਨੂੰ ਟਾਈਟ ਕਰ ਦਿੰਦੇ ਹਾਂ ਅਤੇ ਫਾਈਬਰ ਆਪਾਂ ਰੱਖਾਂਗੇ ਫਿਰ ਫਾਈਬਰ ਹਲੇ ਰੱਖਣੀ ਨਹੀਂ ਅਤੇ ਦੋ ਚਾਰ ਤਾਰਾਂ ਹੀ ਕੱਢੀਆਂ ਅਤੇ ਸਕਰੀਨ ਦੀਆਂ ਕੱਢੀਆਂ ਅਤੇ ਹੋਰ ਅਤੇ ਬਾਕੀ ਆਓ ਫਿਰ ਹੁਣ ਆਪਾਂ ਬਣਾਉਂਦੇ ਹਾਂ ਪੱਤੀਆਂ। ਲਓ ਜੀ ਅਤੇ ਛੱਤਰੀ ਵੀ ਕਸੀ ਗਈ ਆਪਣਾ ਅਤੇ ਬਾਕਸਾ ਵੀ ਕਸੇਗਾ ਅਤੇ ਓਵਰ ਵਾਲਾ ਬਾਕਸਾ ਵੀ ਕਸੇਗਾ ਅਤੇ ਬਾਕੀ ਰਿਪੋਰਟ ਹੈਗੀ ਓਕੇ ਆ ਪੂਰੀ ਸਾਰੀ ਅਤੇ ਬਾਕੀ ਹੁਣ ਵੀਰਾ ਸਵੇਰੇ ਸਿਸਟਮ ਜਿਹੜਾ ਹੈਗਾ ਵਾ ਆਪਣੇ ਬੂਫਰ ਬਾਫਰ ਐਮ ਪੰਪ ਸਾਰਾ ਕੁਛ ਉਹ ਫਿੱਟ ਕਰ ਦੂਗਾ ਅਤੇ ਬਾਕੀ ਆਪਣੇ ਲਈ ਹੋ ਗਿਆ ਡਾਨੇ ਇੱਧਰੋਂ ਅਤੇ ਬਾਕੀ ਹੁਣ ਫਾਈਬਰ ਹੈਗੀ ਇੱਕ ਰੱਖਣ ਵਾਲੀ ਅਤੇ ਉਦੋਂ ਬਾਅਦ ਜਿਹੜੀ ਵਾਇਰਿੰਗ ਆ ਸਾਰੀ ਅਤੇ ਸਾਰੀ ਵਾਇਰਿੰਗ ਹੋਊ ਚਲੋ ਵੀਰਾ ਕਰੂਗਾ ਅਤੇ ਬਾਕੀ ਜੋ ਹੋਊਗਾ ਫਿਰ ਮੌਕੇ 'ਤੇ ਕਰਾਂਗੇ ਇਹਦਾ। ਲਓ ਜੀ ਕਹਿੰਦੇ ਇੱਧਰ ਤਿੰਨ ਮਿਸਤਰੀ ਇਕੱਠੇ ਹੋਏ ਆ, ਇੱਕ ਦੋ ਤਿੰਨ ਪਤਾ ਅੰਦਰ ਗਲੀਆਂ ਕਿਤੇ ਪਾਸੇ ਹੋਰ ਹੀ ਕੱਢੀ ਜਾਂਦੇ ਸੀ, ਹੁਣ ਸਹੀ ਨਿਕਲ ਗਈਆਂ ਬਾਬੇ ਨਿਕਲ ਗਈਆਂ। ਲਓ ਜੀ ਆਪਾਂ ਟਰੈਕਟਰ ਲਾ ਦਈਏ ਹੁਣ ਅਤੇ ਅੰਦਰ ਅਤੇ ਬਾਕੀ ਫਿਰ ਸਵੇਰੇ ਕੱਢਾਂਗੇ, ਸਵੇਰੇ ਕੱਢ ਕੇ ਫਿਰ ਵੀਰੇ ਦੀ ਕਾਂਢ 'ਤੇ ਛੱਡ ਆਵਾਂਗੇ, ਬਾਕੀ ਸਵੇਰੇ ਤੁਹਾਨੂੰ ਜਾਗ ਮਾਗ ਕਰਕੇ ਦਿਖਾਵਾਂਗੇ ਸਾਰਾ ਸੈਕਟਰ। ਲਓ ਜੀ ਅਤੇ ਲਾਤਾ ਟਰੈਕਟਰ ਅੰਦਰ ਆਪਾਂ ਅਤੇ ਜਮਾਂ ਸੇਫ, ਉਹ ਯਕਣੀ ਕਈ ਵਾਰ ਮੀਂਹ ਮੂੰਹ ਦਾ ਪਤਾ ਨਹੀਂ ਹੁੰਦਾ ਤਾਂ ਹੀ ਕਰਕੇ ਆਪਾਂ ਅੰਦਰ ਹੀ ਲਾਤਾ। ਲਓ ਜੀ ਫਿਰ ਹੁਣ ਆਪਾਂ ਚੱਲਦੇ ਹਾਂ ਦੁਕਾਨ 'ਤੇ ਵਾਪਸ ਅਤੇ ਇੱਕ ਕੰਮ ਹੋਰ ਆ ਹੁਣ, ਇਹ ਤੋਂ ਬਾਅਦ ਫਿਰ ਆਪਾਂ ਉਹ ਸਟਾਰਟ ਕਰਾਂਗੇ। ਚਲੋ ਫਿਰ ਆਪਾਂ ਕਰ ਦਈਏ ਬੱਤੀ ਬੰਦ। ਲਓ ਜੀ ਕੱਢਦੇ ਟਰੈਕਟਰ ਬਾਹਰ ਅਤੇ ਆਪਾਂ ਚੱਲਦੇ ਹਾਂ ਵੀਰੇ ਦੀ ਦੁਕਾਨ 'ਤੇ ਛੱਡਣ, ਅਤੇ ਹੁਣ ਟਰੈਕਟਰ 'ਤੇ ਖੜਾਇਆ ਵਾ, ਬਾਕੀ ਵਹਿਰੇ ਵੂਹਰੇ ਸਾਰੀ ਹੋ ਜੂਗੀ, ਉਸ ਤੋਂ ਬਾਅਦ ਸਾਈਡ ਸੂਡ ਜਿਹੜਾ ਹੋਊਗਾ ਫਿਰ ਬਾਅਦ ਕਰ ਦਾਂਗੇ ਆਪਾਂ। ਲਓ ਜੀ ਆਪਾਂ ਪਹੁੰਚ ਗਏ ਦੁਕਾਨ 'ਤੇ, ਬਾਈ ਜਿਹਾ ਨਹੀਂ ਕਰਦੇ ਆ ਵੇਟ ਖੜ੍ਹੇ। ਲਓ ਜੀ ਪਹੁੰਚ ਗਏ ਲੱਗ ਗਿਆ ਪੋਜੀਸ਼ਨ 'ਤੇ, ਬਾਕੀ ਫਿਰ ਹੁਣ ਕੰਮ ਕਰਾਂਗੇ ਸਟਾਰਟ। ਲਓ ਜੀ ਅਤੇ ਫੋਰਡ 'ਤੇ ਸਿਸਟਮ ਲੱਗ ਗਿਆ ਅਤੇ ਵੀਰੇ ਨੇ ਕਰਤੀ ਵਹਿਰੇ ਮੂਹਰੇ ਸਾਰੀ ਡਨ, ਅਤੇ ਹਲੇ ਪਲੇਅਰ ਉੱਦਾਂ ਹੀ ਰੱਖਿਆ, ਪਲੇਅਰ ਉਹ ਦੂਜਾ ਲਾਇਆ ਵਾ, ਆਪਾਂ ਤਾਂ ਵੈਸੇ ਦੂਜੀ ਸਕਰੀਨ ਲਾਉਣੀ ਆ ਉੱਥੇ, ਅਤੇ ਬਾਕੀ ਕਰੋ ਚੈੱਕ ਰਿਪੋਰਟ ਅਤੇ ਬਾਕੀ ਹੁਣ ਫਾਈਬਰ ਧਾਰ ਦਿੰਦੇ ਹਾਂ। ਫਾਈਬਰ ਧਾਰਨ ਤੋਂ ਬਾਅਦ ਅਤੇ ਤਾਰਾਂ ਤੂਰਾਂ ਸਾਰੀਆਂ ਕੱਢਤੀਆਂ ਅਤੇ ਬਾਕੀ ਅੱਜ ਰਾਤ ਨੂੰ ਸਕਰੀਨ ਲਾ ਦਾਂਗੇ, ਫਿੱਟ ਕਰ ਦਾਂਗੇ ਅਤੇ ਬਾਕੀ ਸਵੇਰੇ ਫਿਰ ਤੁਹਾਨੂੰ ਦਿਖਾਵਾਂਗੇ। ਲਓ ਜੀ ਅਤੇ ਫੋਲਡ ਦਾ ਹੋ ਗਿਆ ਕੰਪਲੀਟ, ਅਤੇ ਕੰਪਲੀਟ ਪੂਰਾ ਨਹੀਂ ਹੋਇਆ ਜਾਣ ਦੀ, ਮੰਨ ਕੇ ਚਲੋ ਸਕਰੀਨ ਸਕਰੂਨ ਲੱਗ ਗਈ, ਕਰੋ ਚੈੱਕ ਆਹ ਲਾਤਾ ਟੀ ਵੀ ਆਪਾਂ ਇੱਧਰ, ਅਤੇ ਬਾਕੀ ਸਾਰੀ ਜਾਣ ਦੀ ਤਾਰਾਂ ਤੂਰਾਂ ਪੈ ਗਈਆਂ, ਅਤੇ ਇੱਕ ਥੋੜ੍ਹਾ ਪੈਂਡਰ ਵਾਲਾ ਰਹਿੰਦਾ ਕਰਨ ਵਾਲਾ, ਅਤੇ ਇੱਕ ਥੋੜ੍ਹਾ ਮੋਟਾ ਕੰਮ ਹੋਰ ਰਹਿ ਗਿਆ, ਅਤੇ ਇੱਕ ਬੈਕ ਪੱਲਾ ਰਹਿ ਗਿਆ, ਅਤੇ ਬਾਕੀ ਅੱਜ ਥੋੜ੍ਹਾ ਜਿਹਾ ਇੱਕ ਸੱਟ ਲੱਗੀ ਹੋਈ ਆ ਉਹਦੇ ਕਰਕੇ ਥੋੜ੍ਹਾ ਦਿਖਾਉਣ ਗਏ ਸੀ ਲੁਧਿਆਣੇ, ਉੱਧਰ ਟਾਈਮ ਜ਼ਿਆਦਾ ਲੱਗ ਗਿਆ, ਅਤੇ ਇੱਕ ਥੋੜ੍ਹਾ ਗੱਡੀ ਦਾ ਕੰਮ ਕਰਾਉਣਾ ਸੀ ਤਾਂ ਕਰਕੇ ਲੇਟ ਜ਼ਿਆਦਾ ਹੋ ਗਏ, ਅਤੇ ਬਾਕੀ ਆਓ ਫਿਰ ਹੁਣ ਆਪਾਂ ਟਰੈਕਟਰ ਲਾਉਂਦੇ ਹਾਂ ਅੰਦਰ, ਸਵੇਰੇ ਕੱਢਾਂਗੇ, ਸਵੇਰੇ ਫਿਰ ਬਣਾਵਾਂਗੇ ਰੀਲਾਂ ਰੂਲਾਂ, ਅਤੇ ਲਾਸਟ ਕਲਿੱਪ ਅਸੀਂ ਸਵੇਰੇ ਪਾਵਾਂਗੇ ਇਹਦੀ ਆਪਾਂ। ਅਤੇ ਬਾਕੀ ਕਈ ਬੰਦੇ ਕਹਿ ਦਿੰਦੇ ਆ ਬਾਈ ਜੀ ਟਾਈਮ ਜ਼ਿਆਦਾ ਲੱਗਦਾ ਕੰਮ ਨੂੰ, ਟਾਈਮ ਵੀਰੇ ਲੱਗਦਾ ਵਾ ਜੇ ਕੰਮ ਜਾਣ ਦੀ ਮੰਨ ਕੇ ਚਲੋ ਰੀਝ ਲਾਉਣੀ ਆ ਕਹਿੰਦਾ, ਫਿਰ ਰੀਝ ਲਓ ਤਾਂ ਫਿਰ ਟਾਈਮ ਲੱਗਦਾ ਹੀ ਆ ਵੀਰੇ, ਅਤੇ ਬਾਕੀ ਕਰੋ ਚੈੱਕ ਰਿਪੋਰਟ ਸਾਰੀ, ਰੀਝ ਹੀ ਟਾਈਮ ਲਵਾਉਂਦੀ ਆ ਹੋਰ ਨਹੀਂ ਗੱਲ ਕੋਈ। ਲਓ ਜੀ ਫੋਰਡ ਵੀ ਹੋ ਗਿਆ ਕੰਪਲੀਟ, ਅਤੇ ਕਰੋ ਚੈੱਕ ਰਿਪੋਰਟ, ਡਾਊਨ ਸੀਲਿੰਗ ਵਾਲੀ ਛੱਤਰੀ, ਬਾਕੀ ਆ ਚਿੱਟੀ ਆਡੀਓ ਦੇ ਬੂਫਰ, ਅਤੇ ਸਿਸਟਮ ਗੁਰਤੇਜ ਵੀਰ ਵਾਲਾ, ਅਤੇ ਬਾਕੀ ਉਹ ਲਾਈ ਆ ਸਕਰੀਨ ਵੀਰ ਉਹਨਾਂ ਨੇ ਲਵਾਈ ਆ। ਹਾਂਜੀ ਬਾਈ ਜੀ ਕਿੱਦਾਂ ਲੱਗਿਆ ਕੰਮ ਜੀ, ਪੂਰੀ ਰਿਪੋਰਟ ਓਕੇ ਆ ਜੀ, ਅਤੇ ਬਾਕੀ ਕਮੈਂਟ ਜ਼ਰੂਰ ਕਰਿਓ ਅਤੇ ਦੱਸਿਓ ਵੀ ਕੰਮ ਕਿੱਦਾਂ ਲੱਗਿਆ।